हेलो हेलो अस्सलाम वालेकुम जी वालेकुम सलाम भाई लजपाल चैनल वाले जी भैया लजपाल लजपाल जदारी वाले भैया जी जी भाईजान के हाल है भाई ऑल الحمدللہ भैया तुसा सुनाओ ठीक हो बिल्कुल भाई अली भाई जी अली भाई भाईजान तोारे चैनल तोहे कसा मौलवी सुन्या अपने अहले तशीदा जी जी भैया ते ना सा बडी काफी देर तु सुना लगे हैं

ਠੀਕ ਹੈ ਭਈਆ ਤੇ ਇਹ ਕਿਹੜੀਆਂ ਗੱਲਾਂ ਪੀਏ ਕਰ ਇਹਨਾਂ ਨੂੰ ਸਟੇਜ ਦੋ ਤੇ ਕੇ ਜੇ ਤੁਹਾਰੇ ਸਟੇਜ ਆ ਰੇਂ ਕੇ ਜੇ ਹਾਲੇ ਮੈਂ ਠੀਕ ਹੈ ਭਈਆ ਹਾਂ ਗੁਸਲ ਦੇ ਬਾਰੇ ਕੋਈ ਸਵਾਲ ਕਰੇ ਤਾਂ ਤੇ ਕੋ ਗੁਸਲਾਂ ਦੇ ਜਵਾਬ ਦੇਵਣ ਦੇ ਪਾਰੂ ਪਤਾ ਨਹੀਂ ਨੋ ਕੋ ਆਂਦੀ ਕੋਈ ਛੇ ਨਹੀਂ ਕੀ ਵਜ੍ਹਾ ਹੈ ਠੀਕ ਹੈ ਭਈਆ ਤੇ ਇਹ ਰਿਕਾਰਡਿੰਗ ਮੇਰੀ ਨਾ ਤੂੰ ਚੈਨਲ ਆਪਣੇ ਤੇ ਚਲਾ ਦੇ ਲੋਗਾ ਆਪਣੇ ਅਹਲੇ ਤਸ਼ੀਕ ਹੂੰ ਠੀਕ ਹੈ ਭਈਆ ਕਿਹ ਕਿ ਜਾਫਰੀਆ ਕਿਤੇ ਵੇ ਇਹ ਗਾਲ ਮੈਂ ਇਸੇ ਵਾਸਤੇ ਕਰੇਂਦਾ ਪਿਆ ਕਿ ਸਾਰੇ ਹਰ ਬੰਦੇ ਕੋ ਪਤਾ ਲਗੇ ਠੀਕ ਹੈ ਭਾਈ ਭਈ ਇੱਕ ਮੌਲੀ ਖਤੀਬ ਸਾਡੇ ਕੀ ਵਾਦੇ ਕਰੇ ਨੇ ਠੀਕ ਹੈ ਭਾਈ ਕਿਤੋਂ ਗੱਲ ਕਰ ਰਹੇ ਪਏ ਭਈ ਮੁਜ਼ਫਰਗਾੜੇ ਚ ਭਾਈ ਜਾਨ ਮੁਜ਼ਫਰਗਾੜੇ ਚ ਮਾਸ਼ਾਅੱਲਾ ਬਿਨਾ ਕਰ ਰਹੇ ਸਾਵੇ ਰਮਜ਼ਾਨ ਰਮਜ਼ਾਨ ਮੁਹੰਮਦ ਰਮਜ਼ਾਨ ਭਈਆ ਮੇਰਾ ਨਾਮ ਮੁਹੰਮਦ ਰਮਜ਼ਾਨ ਭਈ ਇਨਸ਼ਾਅੱਲਾ ਭਈ ਜਾਨ ਇਹ ਤੁਸਾ ਪਰਮਿਸ਼ਨ ਦੇਂਦੇ ਮੈਂ ਨੜ ਤੇ ਚੜਦਾ ਜੀ ਜੀ ਭਈਆ ਇਹ ਤੁਸਾ ਚੜ ਸਕਦੇ ਵੇ ਆ ਮਾਸ਼ਾਅੱਲਾ ਮਾਸ਼ਾਅੱਲਾ ਭਈਆ ਮੈਂ ਇਨਸ਼ਾਅੱਲਾ ਵੀਡੀਓ ਤੇ ਚੜਦਾ ਪਿਆ ਮੇ ਕੋ ਅਗੇ ਕਾਫੀ ਸਾਰੇ ਕਾਲ ਆਂ ਆ ਖਣਨ ਭਈ ਸਾਜਾ ਭਈ ਤੁਸਾ ਉਹ ਯਾਰ ਸਾਰੇ ਤੁਸਾ ਰਹਿ ਆਪਣੀ ਨੜ ਤੇ ਚੜੋ ਲੇਕਿਨ ਭਈਆ ਮੈਂ ਉਹਨਾਂ ਕੋ ਪਹਿਲੇ ਪਰਮਿਸ਼ਨ ਗਿੰਦਾ ਕਾਫੀ ਸਾਰੇ ਬੰਨਾਂ ਦੇ ਕਾਲ ਆਂ ਆ ਖਣਨ ਲੇਕਿਨ ਤੁਹਾਡੀ ਪਰਮਿਸ਼ਨ ਹੈ ਜੀ ਜੀ ਭਈ ਜਾਨੇ ਫਿਕਰ ਜਾਫਰੀ ਆਦਾ ਇਨਾ कुझु बचाया इहो जे बंदि अज़र शिराज़ी आहे असां त बड़े इहो इख़लाक तूं बे लॻो तूं इहो न भई अच्छा बंदि लेकिन हूंदी इन वीडियो ॾेखारे सा शर्मिंदा कर लोगाद सामने भई शर्मिंदा कर इहो जे ख़ती इहो जे आलिम हूंदो न भाई जान महिरबानी रमज़ान भाई इनशाह सारे चैनल चे, वीडियो इनशा भाई जान चढ़ेगा पे तो घंटे बाद चेक कर देना शुक्रिया शुक्रिया भाई जान हलो असलकुम जी वाईकुम अलम भैया लाजपाल आजाद जी भैया लाजपाल आजादारी भाईजान क्या हाल है अलहमद लाला भैया तभी ठीक भैया भाई जान सर थोड़े चैनल तू एक मजलिस सुनिए जी भाई अलामा साहेब जी जी भैया चाहते पारे ਵਾਦੇ ਚੈਨਲ ਤੋਂ ਇੱਕ ਮਜਲਿਸ ਸੁਣੀ ਸੀ ਜੀ ਭਾਈ ਲਜਪਾਲ ਅਦਾਦਾਰੀ ਤੋਂ ਠੀਕ ਹੈ ਤੇ ਇੱਕ ਅਲਮਾਂ ਦੀ ਅਸਾਂ ਗੱਲਬਾਤ ਸੁਣੀ ਹੈ ਖitab ਸੁਣਿਆ ਯਾਨੀ ਕਿ ਬਜ਼ੁਰਗੋਂ ਦੇਤੇ ਸਵਾਲ ਕਰੰਦਨ ਤੇ ਉਹ ਜਵਾਬ ਦੇਉਣ ਦੇ ਬਜਾਏ ਉਹਦੇ ਚਿੜਾਵੇ ਕਰੰਦੇ ਜੀ ਹਾਂ ਭਾਈ ਜੀ ਹਾਂ ਅਜ਼ਾ ਸ਼ਿਰਾਜ਼ ਦੇ ਬਾਰੇ ਗੱਲ ਕਰੰਦੇ ਪਾਵੇ ਜੀ ਜੀ ਅਜ਼ਾ ਸ਼ਿਰਾਜ਼ ਦੇ ਬਾਰੇ ਗੱਲ ਕਰੇ ਠੀਕ ਹੈ ਭਈਆ ਅੱਛਾ ਤੇ ਯਾਨੀ ਕਿ ਸਾਕੂ ਹੀ ਗਾਲ ਦਾ ਅਫਸੋਸ ਲਗਾਇ ਠੀਕ ਹੈ ਕਿ ਸਾਡੇ ਇਹ ਹੀ ਅਲਮਾਂ ਕਾ ਇਹੋ ਜਿਹੇ ਲੋਕ ਸਾਡੇ ਸਟੇਜਾਂ ਤੇ ਆ ਕੇ ਪੜ੍ਹਨ ਠੀਕ ਹੈ ਭਾਈ ਕੀ ਮਿਆਰ ਹੈ ਇਹਨਾਂ ਲੋਕਾਂ ਦਾ ਕੀ ਗੱftਗੂ ਕੀਤੀ ਨੇ ਏਰਮਾਨ ਲਗਾ ਸਾਕੂ ਬੀਜ ਕਿਉਂ ਜੇ ਗੱftਗੂ ਕਰਕੇ ਗੈਨ ਕੀ ਆਦੀਨ ਫਲਾਉਣ ਵਾਲੇ ਲੋਗ ਇਹਨਾਂ ਕੀ ਕਰਤਾ ਸਾਰੇ ਮਜ਼ਬ ਨਾਲ ਲੋਕ ਸਾਡੇ ਨਾਲ ਤਰ੍ਹਾਂ ਤਰ੍ਹਾਂ ਦੀ ਗਾਲੀ ਕਰੇ ਨੇ ਇਹਨਾਂ ਕੀ ਕਰਤਾ ਸਾਰੇ ਨਾਲ ਠੀਕ ਹੈ ਭਾਈ ਤੇ ਭਈਆ ਤੁਸੀਂ ਆਖਣਾ ਕੀ ਚਾਹੁੰਦੇ ਵੇ ਅਸਈਆ ਗਾਲੀ ਪੁਚਾਉਣਾ ਚਾਹੁੰਦੇ ਆ ਜੇ ਤੁਸੀਂ ਤੈ ਕਿ ਇਹਨਾਂ ਲੋਕਾਂ ਨੂੰ ਕੁਝ ਅਪੀਲ ਕੀਤੀ ਬਣੇ ਜੀ ਕਿ ਇਹ ਲੋਗ ਐਸੇ ਸਟੇਜਾਂ ਤੇ ਨਾਮ ਹੈ ਇਹ ਜਾਂ ਲੋਗਾ ਕੋ ਰਿਕਵੈਸਟ ਕੀਤੀ ਬਣੇ ਰੋਕਿਆ ਬਣੇ ਠੀਕ ਹੈ ਇਹ ਹੀ ਅਸਾ ਤੂੰ ਗਾਲ ਪੁਚਾਉਣਾ ਚਾਹੁੰਦਾ ਆਸੇ ਠੀਕ ਹੈ ਭਈਆ ਤੁਸਾ ਭਈਆ ਕਾ ਅਗਰ ਨਰਾਜ਼ ਨਥੀ ਹੋ ਤਾਂ ਭਈਆ ਕਿੱਥੋਂ ਗਾਲ ਕਰਾਂਦੇ ਪਾਵੇ ਜ਼ਿਲ੍ਹਾ ਲਈਆ ਤੂੰ ਜ਼ਿਲ੍ਹਾ ਲਈਆ ਨਾ ਭਈਆ ਤਰਾ ਮੁਹੰਮਦ ਲੀਤੂ ਮੁਹੰਮਦ ਇਹ ਤੋ ਬਾਈ ਜਾਨ ਇਹ